ਜੋ ਨਿਕਲਦੇ ਉਹਨੂੰ ਪਾਣੀ ਚ ਨਿਕਲਦੇ ਹੁਣ ਮਿੱਟੀ ਚ ਆ ਗਏ ਨੇ ਇਹ ਹੁਣ ਜਰਾ ਨਾ ਸਰਦੀ ਲੈਂਦੇ ਪੈਣ ਸਰਦੀ ਲੱਗੀ ਪਈ ਜਵਾਨਾਂ ਕੋ ਅਸੀਂ ਟੋਪ ਟੋਪ ਦੇ ਜਵਾਨ ਥੱਕੇ ਵਜ਼ਨ ਬਿਲਕੁਲ ਸਰਦੀ ਬਹੁ ਹੈ ਤੇ ਪਾਣੀ ਹੈ ਨਾ ਜਰਾ ਠੱਡਾ ਬਹੁਤ ਜ਼ਿਆਦਾ ਇਹ ਵਜ੍ਹਾ ਕਨੋ ਮੱਛੀ ਦੀ ਹੁਣ ਮਾਰਾਂ ਦੇ ਹਿਸਾਬ ਨਾਲ ਲੱਭਸੀ ਇਨਸ਼ਾਅੱਲਾ 10-15 ਕਿਲੋ ਤਾਂ ਲੱਭ ਗਈ ਦੇ ਨਾ ਅੱਲਾਹ ਤਾਲਾ ਰਹਿਮਤ ਕਰੇ ਸੀ ਗਈ ਜਵਾਨਾਂ ਕੋ ਪਾਲ ਚਾਲੇ ਲੱਗ ਰਹੇ ਨੇ ਵਾਲ ਬੇਹੋਸ਼ ਚਾਚਾ ਨੇ ਬੂਟਾ ਹੋਣਾ ਦਾ ਭਾਈ ਦੇਖੋ ਸੀ ਰੇਤ ਹੀ ਦੇਖੋ ਤੇ ਟੀਲੇ ਹੀ ਦੇਖੋ ਰੇਤ ਤੇ ਰੋਹੀ ਤਾਂ ਕਹਿੰਦੇ ਅੱਜ ਸਾ ਪਰ ਦਰਿਆ ਦੇ ਰੇ ਤੁਰੇ ਤੇ ਜਵਾਨ ਸਾਰੇ ਬਿਲਕੁਲ ਫਾਰਗ ਹੈ ਨਾ ਸਾ ਹੁਣ ਥੱਕੇ ਬੈਠੇ ਜ਼ਲੀਲ ਹੈ ਬਈ ਅਸਾਂ ਜ਼ਲੀਲ ਹੈ ਅੱਜ ਉਹ ਆਦੇ ਨਹੀਂ ਆ ਮੱਛੀ ਦੀ ਆ ਮੱਛੀ ਦੇ ਮੱਛੀ ਤੇ ਆਂਦੀ ਨਹੀਂ ਕਿਉਂਕਿ ਉਹ ਮੱਛੀ ਭਾਜ ਵੈਂਦੀ ਹੈ ਨਾ ਇਹਨਾਂ ਦੇ ਪੈਰਾਂ ਕੋਲੋਂ 5-5-7-7 ਕਿਲੋ ਦੇ ਹਨ ਵੱਡੇ ਵੱਡੇ ਮੱਛੀ ਕੜਨ ਬੜੇ ਟਾਈਮ ਤੋਂ ਪਤਾ ਲੱਗਦੇ ਸ਼ਾਨਿਆ ਬੰਦੇ ਰੀਤਾ ਤਕੜੀ ਮੱਲੀ ਆ ਤਕੜੀ ਮੱਲੀ ਆਈ ਤਾਂ ਤਬੀਅਤ ਖਰਾਬ ਹੈ ਸਾਕੋ ਬੁਖਾਰ ਹੈ ਜ਼ਵਾਲੇ ਜ਼ਲੀਲ ਹੈ ਅੱਜ ਹੁਣ ਮੈਂ ਨਜ਼ਦੀਕ ਆ ਗਿਆ ਤੇ ਮੱਛਾਂ ਢੇਰ ਹਨ ਮੈਂ ਕਿਹਾ ਤੁਹਾਨੂੰ ਨਜ਼ਦੀਕ ਆ ਤੇ ਮੱਛਾਂ ਦੀ ਖਾਊ ਇਹ ਸਾਡੇ ਚੰਨਣਾਂ ਦਾ ਸਰਦਾਰ ਹੀ ਪੂਰਿਆਂ ਦਾ ਦੇਖੋ ਤੁਸੀਂ ਆ ਗਈ ਵੇ ਸੱਟ ਸੱਟ ਦੇਖੋ ਸੇ ਦੂਤਰਾ ਨਿਕਲ ਆਇਆ ਕਾਬੂ ਕਰੋ ਵੇ ਕਾਬੂ ਕਰੋ ਹਿਸਾਬ ਨਾਲ ਤੇ ਨਿਕਲ ਆਇਆ ਇਹ ਵਾਲੀ ਦਿਖਾਏ ਦੇਖੋ ਮਾਸ਼ਾਅੱਲਾ ਚੰਗੇ ਮੱਛੀਆਂ ਤੇ ਆ ਗਏ ਗੋਲ ਫਾਰਮ ਭੱਜ ਗਈ ਏ ਸਾਰੇ ਮੱਲਿਆਂ ਤੇ ਆ ਗਏ ਸਾਰੇ ਮਾਸ਼ਾਅੱਲਾ ਚਾਹੋ ਚਾਹੋ ਪਾਣੀ ਕੋ ਡਿੱਠੀ ਵੇਂਦੀ ਕੋਈ ਕਰੇ ਫੋਲਡ ਕਰੇ ਥੇ ਲੱਗਦਾ ਮੱਛੀ ਖੜੀ